ਅੱਜ ਮੈਂ ਓਸੀਲੇਟਰ ਅਲਜੇਬਰਾ ਐਪਲੀਕੇਸ਼ਨਾਂ ਦੀ ਵਰਤੋਂ ਕਰਨ ਜਾ ਰਿਹਾ ਹਾਂ ਜੋ ਵੀ ਅਸੀਂ ਓਸੀਲੇਟਰਸ which problem ਨੂੰ ਹੱਲ ਕਰਨ ਲਈ ਸਿੱਖਿਆ ਹੈ ਜੋ ਕਿ ਅਸੀਂ ਇੱਕ ਮੈਗਨੇਟਿਕ ਫੀਲਡ which ਇੱਕ ਪਾਰਟੀਕਲ ਲਈ ਪੋਜੀਸ਼ਨ ਸਪੈਸ਼ ਵੇਵ ਫੰਕਸ਼ਨ ਦੀ ਵਰਤੋਂ ਕਰਦੇ ਹੋਏ ਸਪਸ਼ਟ ਤੌਰ ਤੇ ਕੀਤਾ ਹੈ ਅਤੇ ਫਿਰ ਬਾਅਦ ਵਿੱਚ ਅਸੀਂ ਇਸ ਓਸੀਲੇਟਰ ਅਪਰੋਚ ਦੀ ਵਰਤੋਂ ਕਰਦੇ ਹੋਏ ਐਂਗੂਲਰ ਮੋਮੈਂਟਮ ਅਲਜੇਬਰਾ ਦਾ ਅਧਿਐਨ ਕਰਾਂਗੇ ठीक है इसलिए ये योजना है जेकर तहन याद है असी पिछले हफ्ते आखिरी लैक्चर अजिहाता साढे कोल डैगर वाला एक हारमोनिक ओसीलेटर सीओ आइडेंटिटी है ए ओ है जिसनू मैं ओसीलेटर अल्जेबरा अते जे एक्स दे आईएच क्रास जे जेड जे ए ओ है जिसनु असी एक एंगुलर मोमेंटम अलजेब्रा कहे ਓਸੀਲੇਟਰ ਅਲਜੈਬਰੇ ਲਈ ਨੰਬਰ ਆਪਰੇਟਰ ਇੱਕ ਕਾਈਗਨ ਸਟੇਟ ਐਨ ਹੁੰਦਾ ਹੈ ਜਿਸ ਦਾ ਨੰਬਰ ਆਪਰੇਟਰ ਆਈਗਨ ਵੈਲਿਊ ਐਨ ਦੇ ਨਾਲ ਹੁੰਦਾ ਹੈ ਅਤੇ ਨੰਬਰ ਆਪਰੇਟਰ ਦੇ ਨਾਲ ਟੂ ਲੈਡਰ ਆਪਰੇਟਰ ਦਾ ਇੱਕ ਕਮਿਊਟੇਟਰ ਰਿਲੇਸ਼ਨ ਹੁੰਦਾ ਹੈ ਅਤੇ ਇਸ ਤੋਂ ਅਸੀਂ ਇਹ ਨਿਰਧਾਰਤ ਕਰ ਸਕਦੇ ਹਾਂ ਕਿ ਇਹ ਉੱਪਰ ਐਨ ਹੈ ਸਕੁਅਰ ਰੂਟ ਐਨ ਮਲਟੀਪਲਾਈ ਐਨ ਮਾਈਨਸ 1 ਕੇ ਇੱਕ ਲੋਅਰਿੰਗ ਆਪਰੇਟਰ ਹੈ ਅਤੇ ਇਸੇ ਤਰ੍ਹਾਂ ਇੱਕ ਡੈਗਰ ਇੱਕ ਵਧਾਉਣ ਵਾਲਾ ਆਪਰੇਟਰ ਹੈ ਇਸ ਲਈ ਇਸ ਓਸੀਲੇਟਰ ਅਲਜੈਬਰੇ ਦੀ ਵਰਤੋਂ ਕਰਦੇ ਹੋਏ ਅਸੀਂ ਮੈਗਨੇਟਿਕ ਫੀਲਡ ਵਿੱਚ ਪਾਰਟੀਕਲ ਦੀ ਇਸ ਪ੍ਰੋਬਲਮ ਨੂੰ ਕਾਲ ਕਰਨਾ ਚਾਹੁੰਦੇ ਹਾਂ ਅਤੇ ਫਿਰ ਅਸੀਂ ਇਸ ਓਸੀਲੇਟਰ ਅਲਜੈਬਰੇ ਦੀ ਵਰਤੋਂ ਐਂਗੂਲਰ ਮੋਮੈਂਟਮ ਲਈ ਸਪੈਕਟ੍ਰਮ ਨੂੰ ਨਿਰਧਾਰਿਤ ਕਰਨ ਲਈ ਵੀ ਕਰ ਸਕਦੇ ਹਾਂ ਇਸ ਲਈ ਇਹ ਅੱਜ ਦੇ ਲੈਕਚਰ ਦੀ ਪ੍ਰੇਰਣਾ ਹੈ ਇੱਕ ਮੈਗਨੇਟਿਕ ਫੀਲਡ ਵਿੱਚ ਪਾਰਟੀਕਲ ਨੂੰ ਯਾਦ ਕਰੋ ਆਓ ਮੈਗਨੇਟਿਕ ਫੀਲਡ ਨੂੰ ਜ਼ੈਡ ਦਿਸ਼ਾ ਦੇ ਨਾਲ ਲੈਂਦੇ ਹਾਂ ਇਸ ਲਈ ਇਹ ਇਸ ਹੈਮਿਲਟੋਨੀਅਨ द्वारा ਦਿੱਤਾ ਗਿਆ ਹੈ ਜੋ ਕਿ ਪਾਈ ਐਕਸ ਪਾਈ ਵਾਈ ਹੈ ਇਸ ਦੇ ਟਰਮਸ ਵਿੱਚ ਹੀ ਵੈਕਟਰ ਪੋਟੈਂਸ਼ੀਅਲ ਦੇ ਕਾਰਨ ਮੋਮੈਂਟਮ ਮਾਈਨਸ ਸ਼ਿਫਟ ਦੇ ਅਨੁਪਾਤੀ ਹੈ اے ਪੀ ਆਈ ਮਾਈਨਸ اے ਆਈ ਅਤੇ ਜਿਵੇਂ ਕਿ ਮੈਂ ਪਹਿਲਾਂ ਹੀ ਕਿਹਾ ਹੈ ਕਿ ਨੰਬਰ ਆਪਰੇਟਰ ਆਇਗਨ ਸਟੇਟ ਨੂੰ ਯਾਦ ਕਰੋ ਹੈਮਿਲਟੋਨੀਅਨ ਦਾ ਸਮਕਾਲੀ ਆਇਗਨ ਸਟੇਟ ਹੈ ਜਿਸ ਦਾ ਆਇਗਨ ਵੈਲੇ ਯੂ ਐਚ ਕ੍ਰਾਸ ਓਮੇਗਾ ਦੇ ਅਨੁਪਾਤਕ ਹੈ ਇਸ ਲਈ ਇਸ ਪ੍ਰੋਬਲਮ ਵਿੱਚ ਇਹ ਇੱਕ ਜਨਰਲ ਹਾਰਮੋਨਿਕ ਓਸੀਲੇਟਰ ਲਈ ਹੈ omega ਦਾ ਕੀ ਸੰਬੰਧ ਹੈ ਇੱਥੇ ਅਸੀਂ ਇਸ ਦਾ ਪਤਾ ਲਗਾਵਾਂਗੇ ਕਿਸੇ ਵੀ ਹਾਰਮੋਨਿਕ ਓਸੀਲੇਟਰ ਵਿੱਚ ਲੈਡਰ ਆਪਰੇਟਰਸ ਕੋਲ ਇਹ ਵਿਸ਼ੇਸ਼ਤਾ ਹੁੰਦੀ ਹੈ ਜਿਵੇਂ ਕਿ ਤੁਹਾਡੇ ਲਈ ਪਹਿਲਾਂ ਹੀ ਚਰਚਾ ਕੀਤੀ ਜਾ ਚੁੱਕੀ ਹੈ ਅਤੇ ਇੱਕ ਪਹਿਲੇ ਲੈਕਚਰ ਵਿੱਚ ਮੈਂ ਸਪਸ਼ਟ ਤੌਰ ਤੇ ਇੱਕ ਟ੍ਰਾਇਲ ਵੇਵ ਫੰਕਸ਼ਨ ਅਤੇ ਵੈਕਟਰ ਪੋਟੈਂਸ਼ੀਅਲ ਲਈ ਇੱਕ ਵਿਕਲਪ ਵਿੱਚੋਂ ਲਾਂਗਿਆ ਅਤੇ ਊਰਜਾ ਸਪੈਕਟਰਮ ਦੀ ਫ੍ਰੀਕੁਐਂਸੀ ਪ੍ਰਾਪਤ ਕੀਤੀ ਜਿਸ ਨਾਲ ਅਸੀਂ ਇਸ ਨੂੰ ਇੱਕ ਸਾਈਕਲੋਟਰਨ ਫ੍ਰੀਕੁਐਂਸੀ ਕਹਾਂਗੇ ਅਤੇ ਇਹ ਇੱਕ ਮੋਕਤ ਪਾਰਟੀਕਲ ਵਾਂਗ ਹੈ ਜ਼ੈਡ ਦਿਸ਼ਾ ਇਸ ਨੂੰ ਅਸੀਂ ਲੈਂਡੋ ਪਦਰ ਕਹਿੰਦੇ ਹਾਂ ਅਸੀਂ ਇਹਨਾਂ ਲੈਡਰ ਆਪਰੇਟਰਾਂ ਦੀ ਵਰਤੋਂ ਕਰਦੇ ਹੋਏ ਅਜੇ ਹੀ ਊਰਜਾਈ ਜੇਨਵੈਲ ਯੂਸ ਕਿਵੇਂ ਪ੍ਰਾਪਤ ਕਰਦੇ ਹਾਂ ਜੋ ਅਸੀਂ ਹਾਰਮੋਨਿਕ ਓਸੀਲੇਟਰ ਵਿੱਚ ਦੇਖਿਆ ਹੈ ਇਸ ਲਈ ਕੁਝ ਚੀਜ਼ਾਂ ਜੋ ਮੈਂ ਚਾਹੁੰਦਾ ਹਾਂ ਕਿ ਤੁਸੀਂ ਇਸ ਤੇ ਕੰਮ ਕਰੋ ਪਾਈ ਐਕਸਤੇ ਪਾਈ ਵਾਈ ਲਈ ਵਾਈ ਕੰਪੋਨੈਂਟ ਦੇ ਨਾਲ ਐਕਸ ਕੰਪੋਨੈਂਟ ਦਾ ਕਮਿਊਟੇਟਰ ਹੈ ਅਤੇ ਇਸੇ ਤਰ੍ਹਾਂ ਅਸੀਂ ਜਾਣਦੇ ਹਾਂ ਕਿ ਪੀ ਨਾਲ ਇਹ ਅਤੇ ਇਹ ਨਾਲ ਵੀ ਜੋ ਆਰਡਰ ਅਸਲ ਵਿੱਚ ਮਾਇਨੇ ਰੱਖਦਾ ਹੈ ਪੀ ਡਾਟੇ ਸਮਾਨ ਨਹੀਂ ਹੈ ਇੱਕ ਬਿੰਦੀ ਪੀ ਇਸ ਲਈ ਹੁਣੇ ਹੀ ਤੁਹਾਨੂੰ ਕਿਸ ਤੇ ਲੈਣ ਲਈ ਜਨਰਲ ਤੌਰ ਤੇ ਸਥਿਤੀਆਂ ਦਾ ਪੋਟੈਂਸ਼ੀਅਲ ਫੰਕਸ਼ਨ ਇਸ ਲਈ ਪਾਈ ਏਕਸ ਪੀ ਏਕਸ ਮਾਈਨਸ ਸੀ ਏਕਸ ਜੋ ਕਿ ਪੋਜੀਸ਼ਨਾਂ ਦਾ ਇੱਕ ਫੰਕਸ਼ਨ ਹੈ ਜੇਕਰ ਤੁਸੀਂ ਇੱਕ ਏਕਸ ਦੇ ਨਾਲ ਪੀ ਏਕਸ ਲੈਂਦੇ ਹੋ ਕਿ ਕਮਿਊਟੇਟਰ ਜ਼ੀਰੋ ਨਹੀਂ ਹੈ ਤਾਂ ਏ ਏਕਸ ਦੇ ਡੈਲ ਏਕਸ ਦੁਆਰਾ ਮਾਈਨਸ आईएच क्रॉस डेल ਹੋਵੇਗਾ ਇਹ ਇਸ ਲਈ ਹੈ ਕਿਉਂਕਿ ਤੁਸੀਂ ਜਾਣਦੇ ਹੋ ਕਿ ਐਕਸਪੀ ਕਮਿਊਟੇਟਰ ਐਕਸ ਦੇ ਨਾਲ ਵੀ ਐਕਸ ਨਾਲ ਜ਼ੀਰੋ ਹੈ ਅਤੇ ਜੇਕਰ ਤੁਹਾਡੇ ਕੋਲ ਐਕਸ ਦਾ ਕੋਈ ਫੰਕਸ਼ਨ ਹੈ ਤਾਂ ਇਹ ਐਕਸ ਦੇ ਐਫ ਦਾ ਡੇ ਲੇਕਸ ਡੇ ਲੇਕਸ ਹੋਣਾ ਚਾਹੀਦਾ ਹੈ ਇਸੇ ਤਰ੍ਹਾਂ ਜੇਕਰ ਤੁਸੀਂ ਇੱਕ ਵਾਈ ਨਾਲ ਵੀ ਐਕਸ ਕਮਿਊਟੇਟਰ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਹੋ ਤਾਂ ਤੁਸੀਂ ਇਹ ਵਾਈ ਦੇ ਡੇ ਲੇਕਸ ਦੇ ਮਾਈਨਸ ਆਈ ਐਚ ਕ੍ਰਾਸ ਡੇਲ ਹੋਣ ਦੀ ਉਮੀਦ ਕਰਦੇ ਹੋ ਜੇਕਰ ਤੁਸੀਂ ਇਹਨਾਂ ਡੇਟਾ ਦੀ ਵਰਤੋ ਕਰਨਾ ਚਾਹੁੰਦੇ ਹੋ ਤਾਂ ਇਹਨਾਂ ਡੇਟਾ ਦੀ ਵਰਤੋਂ ਕਰੋ ਜ਼ੈਡ ਦਿਸ਼ਾ ਦੇ ਨਾਲ ਇੱਕ ਮੈਗਨੈਟਿਕ ਫੀਲਡ ਵਿੱਚ ਇੱਕ ਪਾਰਟੀਕਲ ਲਈ ਕੰਮ ਕਰਨ ਦਿਓ ਜ਼ੈਡ ਦਿਸ਼ਾ ਦੇ ਨਾਲ ਮੈਗਨੀਟਿਊਡ b ਹੈ ਪਾਈ ਐਕਸ ਨੂੰ ਪਾਈ ਵਾਈ ਨਾਲ ਕੈਲਕੂਲੇਟ ਕਰਨ ਦੀ ਕੋਸ਼ਿਸ਼ ਕਰੋ ਨਾਨ ਜ਼ੀਰੋ ਕਮਿਊਟੇਟਰ ਹੈ ਵਾਈ ਦੇ ਨਾਲ ਵੀ ਇੱਕ ਅਤੇ ਪੀ ਵਾਈ ਦੇ ਨਾਲ ਇਹ ਇੱਕ ਸਤੇ ਇਹ ਸਾਨੂੰ ਇੱਕ ਕਨਸਟੈਂਟ ਦਿੰਦਾ ਹੈ ਇਸ ਲਈ ਪਾਈ ਵਾਈ ਨਾਲ ਪਾਈ ਇੱਕ ਅਸਫਰ ਨਹੀਂ ਹੈ ਜਿਵੇਂ ਪੀ ਇੱਕ ਸਤੇ ਪਾਈ ਪਰ ਇਹ ਨਾਨ ਜ਼ੀਰੋ ਹੈ ਇਹ ਕਨਸਟੈਂਟ ਹੈ ਮੈਗਨੇਟਿਕ ਫੀਲਡ ਤੇ ਨਿਰਭਰ ਕਰਦਾ ਹੈ ਤੁਸੀਂ ਇਸ ਸਧਾਰਨ ਕਰਨ ਦੁਆਰਾ ਪਾਈ ਐਕਸ ਨੂੰ ਨੋਰਮਲਾਈਜੇਸ਼ਨ ਕਰ ਸਕਦੇ ਹੋ ਇਸ ਲਈ ਤੁਸੀਂ ਆਇਡੈਂਟੀਟੀ ਹੋਣ ਲਈ ਪਾਈ ਵਾਈ ਪ੍ਰਾਈਮ ਮੀ ਦੇ ਨਾਲ ਪਾਈ ਐਕਸ ਪ੍ਰਾਈਮ ਮੀ ਬਣਾ ਸਕਦੇ ਹੋ ਇਸ ਲਈ ਇਹ ਉਹ ਹੈ ਜੋ ਮੈਂ ਪਿਛਲੇ ਲੈਕਚਰ ਵਿੱਚ ਕਿਹਾ ਸੀ ਪਿਛਲੀ ਸਲਾਈਡ ਪੀ ਐਕਸ ਵਾਈ दे डेल है एकस ए वाई दे नाल अते पी एकस, दे नाल पी वाई डेल वाई दे एकस दे नाल है अते जेकर असी इसे वर्तते हाँ तहनों तो करल मिलता है जो कि कुछ भी नहीं है इसे तरह एक एक्स पी ए माइनस ए डाट पी एसपीए पीएकस एक एकस का डेल एक्स है पी डाट ए माइनस ए डाट पी कुछ भी नहीं है पर माइनस आई एच क्रास माइनस आई एच क्रास ए जा डेल डाट ए ਅਸੀਂ ਇੱਕ ਗੇਜ ਦੀ ਚੋਣ ਕਰ ਸਕਦੇ ਹਾਂ ਜੋ ਸਾਡੇ ਲਈ ਕੁਲਮ ਗੇਜ ਵਜੋਂ ਜਾਣਿਆ ਜਾਂਦਾ ਹੈ ਜਿੱਥੇ ਡੇਲ ਡਾਟ 0 ਹੈ ਅਤੇ ਯਾਦ ਕਰੋ ਕਿ ਵੈਕਟਰ ਪੋਟੈਂਸ਼ੀਅਲ ਨੂੰ ਕਾਇਦੇ ਗ੍ਰੇਡੀਐਂਟ ਦੁਆਰਾ ਗੇਜ ਪਰਿਵਰਤਨ ਦੁਆਰਾ ਬਦਲਿਆ ਜਾ ਸਕਦਾ ਹੈ ਪਰ ਇਹ ਤਬਦੀਲੀ ਤੁਹਾਡੇ ਮੈਗਨੈਟਿਕ ਫੀਲਡ ਨੂੰ ਪ੍ਰਭਾਵਿਤ ਨਹੀਂ ਕਰੇਗੀ ਇਸਦੇ ਤਿਤ ਮੈਗਨੈਟਿਕ ਫੀਲਡ ਇੱਕੋ ਜਿਹਾ ਰਹੇਗਾ ਪਰ ਹੈਮਿਲਟੋਨੀਅਨ ਨਾਲ ਕੀ ਹੁੰਦਾ ਹੈ हैमिल्टोनियन सिद्धांत ਵਿੱਚ H ਬਰਾ ਵਿੱਚ ਬਦਲ ਸਕਦਾ ਹੈ ਅਸੀਂ ਪਾਈ 1xਤੇ ਪਾਈ y ਅਤੇ p डाटे डॉट p ਪਤਾ ਕਰ ਲਿਆ ਗੇਜ ਲਓ ਜੋ ਕਿ ਕੂਲੰਬ ਗੇਜ ਹੈ ਅਤੇ ਜੇਕਰ ਇਹ ਗੇਜ ਪਾਈ 1x ਪਾਈ y i h ਕ੍ਰਾਸ b ਹੈ ਅਤੇ ਇੱਕ ਸਾਡੇ ਜਾਣੇ ਪਛਾਣੇ x p x ਕਮਿਊਟੇਟਰ ਦੇ ਸਮਾਨ ਹੈ ਜਿਸਨੇ ਸਾਨੂੰ ਇਹ ਅਤੇ ਇਹ ਡੈਗਰ ਲਿਖਣ ਵਿੱਚ ਮਦਦ ਕੀਤੀ ਇਹੀ ਪ੍ਰੇਰਣਾ ਹੈ ਜਿਵੇਂ ਕਿ ਅਸੀਂ ਹਾਰਮੋਨਿਕ ਓਸੀਲੇਟਰ ਇੱਕ ਸਕੁਅਰ ਪਲਸ ਪੀ ਇੱਕ ਸਕੁਅਰ which n omega ਸਭ ਕੁਝ ਇਥੇ ਇੱਕ ਹੋਣ ਲਈ ਪਾਇਆ ਸੀ ਸਾਡੇ ਕੋਲ ਇੱਕ ਪਾਈ ਇੱਕ ਸਵਰਗ ਅਤੇ ਪਾਈ ਵਾਈ ਵਰਗ ਹੈ ਅਤੇ ਇੱਕ ਦੇ ਸਮਾਨ ਪੀ ਇੱਕ ਕਮਿਊਟੇਟਰ ਹੈ ਜੋ ਕਿ ਕਨਸਟੈਂਟ ਅਤੇ ਨਾਨ ਜ਼ੀਰੋ ਹੈ ਸਾਡੇ ਕੋਲ ਪਾਈ ਵਾਈ ਦੇ ਨਾਲ ਪਾਈ ਇੱਕ ਨਾਨ ਜ਼ੀਰੋ ਅਤੇ ਇੱਕ ਕਨਸਟੈਂਟ ਹੈ ਇਸ ਲਈ ਇਸ ਦੀ ਵਰਤੋਂ ਕਰਕੇ ਅਸੀਂ ਨਿਊ ਲੈਡਰ ਆਪਰੇਟਰ ਦੀ ਰਚਨਾ ਕਰਨ ਦੀ ਕੋਸ਼ਿਸ਼ ਕਰ ਸਕਦੇ ਹਾਂ ਜਿਸ ਵਿੱਚ ਪਾਈ ਇਕ ਸਤੇ ਪਾਈ ਵਾਈ ਸ਼ਾਮਿਲ ਹੁੰਦੇ ਹਨ ਇਹ ਉਹ ਹੈ ਜੋ ਅਸੀਂ ਇੱਥੇ ਕਰਦੇ ਹਾਂ ਅਸੀਂ ਇਸ ਨਾਰਮਲਾਈਜੇਸ਼ਨ ਦੇ ਨਾਲ ਲੈਡਰ ਆਪਰੇਟਰਾਂ ਨੂੰ ਪਾਈ ਇਕ ਸਪਲਸਾਈ ਪਾਈ ਵਾਈ ਵਜੋਂ ਲੈਣ ਦੀ ਕੋਸ਼ਿਸ਼ ਕਰਦੇ ਹਾਂ ਅਤੇ ਇਸੇ ਤਰ੍ਹਾਂ ਉਸਦਾ ਕੰਜੂਗੇਟ ਹਰਮਿਟੀਅਨ ਕੰਜੂਗੇਟ ਅਤੇ ਜੇਕਰ ਤੁਸੀਂ ਕਮਿਊਟੇਟਰ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਹੋ ਕਿਰਪਾ ਕਰਕੇ ਕਮਿਊਟੇਟਰ ਦੀ ਜਾਂਚ ਕਰੋ ਅਤੇ ਤੁਸੀਂ ਇਹ ਦਿਖਾਉਣ ਦੇ ਯੋਗ ਹੋਵੋਗੇ ਕਿ ਇਹ ਆਈਡੈਂਟੀਟੀ ਹੈ ਅਤੇ ਨੰਬਰ ਆਪਰੇਟਰ ਵੀ ਬਣਾਉਂਦੇ ਹੋ ਜੋ b ਡੈਗਰ b ਹੈ ਅਤੇ ਇਹ ਨਿਕਲਦਾ ਹੈ ਕਿਰਪਾ ਕਰਕੇ ਇਸ ਦੀ ਪੁਸ਼ਟੀ ਕਰੋ ਪਰ ਸਾਨੂੰ ਹੈਮਿਲਟੋਨियन ਪਾਈ ਇੱਕ ਸਕੁਅਰ ਪਲਸ ਪਾਈ ਵਾਈ ਸਕੁਅਰ ਵਿੱਚ ਲੋਡ ਹੈ ਇਸ ਲਈ ਤੁਸੀਂ ਇਸ ਤਰ੍ਹਾਂ ਨੂੰ ਖੱਬੇ ਪਾਸੇ ਲੈ ਜਾ ਸਕਦੇ ਹੋ ਅਤੇ ਆਪਣੇ ਹੈਮਿਲਟੋਨियन ਨੂੰ ਦੁਬਾਰਾ ਲਿਖਣ ਦੀ ਕੋਸ਼ਿਸ਼ ਕਰ ਸਕਦੇ ਹੋ ਅਤੇ ਦੁਬਾਰਾ ਲਿਖਿਆ ਹੈਮਿਲਟੋਨियन ਬਿਲਕੁਲ ਉਸੇ ਤਰ੍ਹਾਂ ਦਾ ਹੈ ਜੋ ਤੁਸੀਂ ਹਾਰਮੋਨਿਕ ਓਸિલેਟਰ ਵਿੱਚ ਦੇਖਿਆ ਹੋਵੇਗਾ ਜਿਸ ਵਿੱਚ ਵੀ ਡੈਗਰ ਵੀ ਨੰਬਰ ਆਪਰੇਟਰ ਵਾਂਗ ਹੈ ਫ੍ਰੀਕੁਐਂਸੀਓ ਮੀਗਾ E B ਦੁਆਰਾ M ਹੈ ਜੋ ਤੁਹਾਡੀ ਜਾਣੀ ਆਇਡੈਂਟੀਟੀ ਸਾਈਕਲotron ਫ੍ਰੀਕੁਐਂਸੀ ਹੈ ਇਸ ਲਈ ਇੱਕ ਵਾਰ ਜਦੋਂ ਤੁਹਾਡੇ ਕੋਲ ਇੱਕ ਹਾਰਮੋਨਿਕ ਓਸિલેਟਰ ਦੀ ਤਰ੍ਹਾਂ ਇਹ ਹੈਮਿਲਟੋਨियन ਦੁਬਾਰਾ ਲਿਖਿਆ ਜਾਂਦਾ ਹੈ ਤਾਂ ਤੁਸੀਂ ਸਪੈਕਟ੍ਰਮ ਨੂੰ n 1/2 h ਕ੍ਰਾਸ ਓਮੇਗਾ ਸੀ ਫਰੀ ਪਾਰਟੀਕਲ ਦੇ ਨਾਲ Z ਦਿਸ਼ਾ ਦੇ ਨਾਲ ਪਰ ਸਕਦੇ ਹੋ ਜੋ ਕਿ H ਕ੍ਰਾਸ ਹੈ ਉਹ ਚੀਜ਼ ਜੋ ਅਸੀਂ ਕੀਤੀ ਸੀ ਜੇਕਰ ਤੁਹਾਨੂੰ ਯਾਦ ਹੈ ਅਸੀਂ ਪੋਜੀਸ਼ਨ ਸਪੈਸ਼ ਵੇਵ ਫੰਕਸ਼ਨ ਦਾ ਕੰਮ ਕੀਤਾ ਅਤੇ ਅਸੀਂ ਇਸ ਦੇ ਲਈ ਟ੍ਰਾਇਲ ਫੰਕਸ਼ਨ ਲਿਆ ਪਰ ਜੇਕਰ ਤੁਸੀਂ ਇਸ ਨੂੰ ਬਾਹਰ ਕੱਢਣਾ ਚਾਹੁੰਦੇ ਹੋ ਤਾਂ ਤੁਹਾਨੂੰ ਇੱਕ ਵਧੀਆ ਚੋਣ ਕਰਨੀ ਪਵੇਗੀ ਠੀਕ ਹੈ ਇਸ ਲਈ ਕੇਵਲ ਸੰਪੂਰਨਤਾ ਲਈ ਇੱਕ ਮੈਗਨੈਟਿਕ ਫੀਲਡ ਹੈਮਿਲਟੋਨੀਅਨ ਵਿੱਚ ਪਾਰਟੀਕਲ ਵਿੱਚ ਹਾਰਮੋਨਿਕ ਤੋਂ ਹਾਰਮੋਨਿਕ ਮੰਨ ਲਓ ਕਿ ਅਸੀਂ ਵੇਵ ਫੰਕਸ਼ਨ ਊਰਜਾ ਨੂੰ ਲੈਂਦੇ ਹਾਂ ਹੀ ਗੇਨ ਵੈਲਿਊ ਹੀ ਹੈ ਲੈਂਬਡਾ ਦੇ ਇੱਕ ਪਲਸ ਗ੍ਰੇਡੀਐਂਟ ਵਿੱਚ ਇੱਕ ਗਾਜ ਪਰਿਵਰਤਨ ਕਰਨ ਨਾਲ ਤੁਸੀਂ ਇੱਕ ਨਵਾਂ ਹੈਮਿਲਟੋਨੀਅਨ ਪ੍ਰਾਪਤ ਕਰ ਸਕਦੇ ਹੋ ਪਰ ਇਹ ਹੈਮਿਲਟੋਨੀਅਨ ਉਹ ਹੈ ਜਿਸ ਨੂੰ ਜੋ ਅਸੀਂ ਅਸਲੀ ਹੈਮਿਲਟੋਨੀਅਨ ਦਾ ਕੈਨੋਨਿਕਲ ਪਰਿਵਰਤਨ ਕਵਾਗੇ ਕਿਉਂਕਿ ਊਰਜਾ ਸਪੈਕਟਰਮ ਇੱਕੋ ਜਿਹਾ ਰਹਿੰਦਾ ਹੈ ਅਜਿਹਾ ਨਹੀਂ ਹੈ ਕਿ ਏ ਵੇਵ ਫੰਕਸ਼ਨ ਇੱਕ ਸਮੂਚੀ ਫੇਜ਼ ਫੈਕਟਰ ਨੂੰ ਚੁੱਕ ਲਵੇਗਾ ਅਤੇ ਜੇਕਰ ਤੁਸੀਂ ਫੇਜ਼ ਫੈਕਟਰ ਨੂੰ ਚੁਣਦੇ ਹੋ ਤਾਂ ਕੋਈ ਫਿਜ਼ਿਕਸ ਨਹੀਂ ਬਦਲਦਾ ਪਰ ਅਸੀਂ ਆਹਾਰੋਨੋਵ ਬੋਹਮ ਪ੍ਰਭਾਵ ਸਕੁਅਰ ਦੀਆਂ ਕੁਝ ਸਥਿਤੀਆਂ ਵਿੱਚ ਦੇਖਾਂਗੇ ਜਿੱਥੇ ਅਜਿਹੇ ਫੇਜ਼ ਦੇ ਫੈਕਟਰ ਮਹੱਤਵਪੂਰਨ ਬਣ ਜਾਣਗੇ ਜੇਕਰ ਕੋਈ ਦਿਲਚਸਪੀ ਰੱਖਦਾ ਹੈ ਤਾਂ ਬੋਹਮ ਆਹਾਰੋਨੋਵ ਪ੍ਰਭਾਵ ਤੇ ਇੱਕ ਨਜ਼ਰ ਮਾਰ ਸਕਦਾ ਹੈ ਇਸ ਲਈ ਉਹ ਹੈ ਜੋ ਅਸੀਂ ਕੁਝ ਲੈਕਚਰ ਪਹਿਲਾਂ ਕਲਾਸ ਵਿਚ ਕੀਤਾ ਸੀ ਹੋ ਸਕਦਾ ਹੈ ਕਿ ਜਿੱਥੇ ਅਸੀਂ ਇੱਕ ਅਤੇ ਇੱਕ ਟ੍ਰਾਇਲ ਵੇਵ ਫੰਕਸ਼ਨ ਲਈ ਇੱਕ ਵਿਕਲਪ ਲਿਆ ਹੈ ਪਰ ਤੁਸੀਂ ਲੈਂਬਡਾ ਗਾਜ ਪੈਰਾਮੀਟਰ ਦੀ ਵਰਤੋਂ ਕਰਕੇ ਇੱਕ ਗਾਜ ਪਰਿਵਰਤਨ ਕਰਕੇ ਵੀ ਦੇਖ ਸਕਦੇ ਹੋ ਤੁਸੀਂ ਅਸਲ ਵਿੱਚ ਇੱਕ ਨਵੀਂ ਵੈਕਟਰ ਪੋਟੈਂਸ਼ੀਅਲ ਪ੍ਰਾਪਤ ਕਰ ਸਕਦੇ ਹੋ ਅਤੇ ਇਹ ਦੇਖਣ ਦੀ ਕੋਸ਼ਿਸ਼ ਕਰ ਸਕਦੇ ਹੋ ਕਿ ਇੱਕ ਫੇਸ ਫੈਕਟਰ ਦੁਆਰਾ ਵੇਵ ਫੰਕਸ਼ਨ ਕਿਵੇਂ ਬਦਲਦਾ ਹੈ ਸਾਡੇ ਕੋਲ ਊਰਜਾ ਸਪੈਕਟ੍ਰਮ ਹੈ ਜੇਕਰ ਤੁਸੀਂ ਇਸ ਹੈਮਿਲਟੋਨੀਅਨ ਲਈ ਯਾਦ ਕਰਦੇ ਹੋ ਮੈਂ ਕਿਹਾ ਕਿ ਤੁਹਾਨੂੰ ਲੋਰੈਂਟਸ ਫੋਰਸ ਮਿਲਦੀ ਹੈ ਇਹਨਾਂ ਵਿੱਚੋਂ ਕਿੰਨੇ ਨੇ ਪਹਿਲਾਂ ਹੀ ਕੰਮ ਕੀਤਾ ਹੈ ਪਰ ਜੇਕਰ ਤੁਸੀਂ ਲੋਰੈਂਟਸ ਫੋਰਸ ਥਿਓਰਮ ਨੂੰ ਯਾਦ ਨਹੀਂ ਕੀਤਾ ਹੈ ਅਤੇ ਇਹ ਮੋਸ਼ਨ ਦੇ ਹਾਈਜ਼ਨਬਰਗ ਇਕਵੇਸ਼ਨਾਂ ਨੂੰ ਲਿਖਣ ਵਾਲੀ ਹਾਈਜ਼ਨਬਰਗ ਤਸਵੀਰ ਵਿੱਚ ਪ੍ਰਾਪਤ ਕੀਤਾ ਜਾਣਾ ਚਾਹੀਦਾ ਹੈ ਇਸ ਲਈ ਹਾਈਜ਼ਨਬਰਗ ਤਸਵੀਰ ਵਿੱਚ dxi/dt ਤੇ ਵਰਕਆਊਟ ਕੀਤਾ ਜੋ ਕਿ हैमिल्टोनियन ਦੇ ਨਾਲ a_i ਦੇ ਤੁਹਾਡੇ ਜਾਣੇ ਪਛਾਣੇ ਕਮਿਊਟੇਟਰ ਦੁਆਰਾ ਦਿੱਤੀ ਗਈ ਹੈ ਇਸ ਲਈ ਜੇਕਰ ਅਸੀਂ ਇਸ ਤੇ ਕੰਮ ਕਰਦੇ ਹਾਂ ਤਾਂ ਤੁਸੀਂ ਇਸ ਨੂੰ ਦੇਖ ਸਕੋਗੇ ਅਸੀਂ md^2 a_i y dt^2 ਠੀਕ ਕਰਨਾ ਚਾਹੁੰਦੇ ਹਾਂ ਇਸ ਲਈ ਇਹ ਉਹ ਚੀਜ਼ ਹੈ ਜਿਸ ਦੀ ਤੁਹਾਨੂੰ ਇਸ ਨੂੰ ਬਾਹਰ ਕੱਢਣ ਦੀ ਜ਼ਰੂਰਤ ਹੈ a d a_i dt ਦਾ d dt ਹੈ ਇਸ ਲਈ ਆਪਰੇਟਰ d a_i ਦੁਆਰਾ dt ਹੈ ਜੋ ਹੈਮਿਲਟੋਨियन ਦੇ ਨਾਲ ਕਮਿਊਟੇਟਰ ਦੇ ਨਾਲ ਅਗਲੇ ਸੱਜੇ ਪਾਸੇ ਦਿਖਾਈ ਦੇਵੇਗਾ ਇਸ ਲਈ ਮੈਂ ਚਾਹੁੰਦਾ ਹਾਂ ਕਿ ਤੁਸੀਂ ਇਸ ਤੇ ਕੰਮ ਕਰੋ ਅਤੇ ਤੁਹਾਡੀ ਉਮੀਦ ਕੀ ਹੈ ਇਹ ਇੱਕ ਮੈਗਨੇਟਿਕ ਫੀਲਡ ਵਿੱਚ ਇੱਕ ਪਾਰਟੀਕਲ ਲਈ ਫੋਰਸ ਨਿਯਮ ਹੈ ਇਸ ਲਈ ਇਹ ਤੁਹਾਡੇ ਲੋਰੈਂਟਸ ਫੋਰਸ ਐ ਫਾਈ ਦੇ ਅਨੁਪਾਤੀ ਹੈ ਇਸ ਲਈ ਇੱਥੇ ਇਹ ਤੁਹਾਡੀ ਕਲਾਸਿਕਲ ਫੋਰਸ ਇਕੁਏਸ਼ਨ ਹੈ ਜਿੱਥੇ ਐ ਫਲੋਰੈਂਟਸ ਫੋਰਸ ਹੈ ਅਤੇ ਆਓ ਅਸੀਂ ਉਸ ਕੇਸ ਨਾਲ ਕੰਮ ਕਰੀਏ ਜਿੱਥੇ ਇਲੈਕਟ੍ਰਿਕ ਫੀਲਡ ਸਫਰ ਹੈ ਇਹ ਅਸੀਂ ਹੁਣ ਕੀ ਕਰ ਰਹੇ ਹਾਂ ਜੇਕਰ ਤੁਸੀਂ ਇੱਕ ਮੈਗਨੈਟਿਕ ਫੀਲਡ ਵਿੱਚ ਇੱਕ ਪਾਰਟੀਕਲ ਲੈ ਰਹੇ ਹੋ ਅਤੇ ਇਹ ਫੋਰਸ ਦਾ ਹੈਮਿਲਟੋਨੀਅਨ ਇੱਕ ਇਸ ਕੰਪੋਨੈਂਟ ਹੈ ਮੈਂ ਇਸ ਨੂੰ ਕਲਾਸਿਕਲ ਫਿਜ਼ਿਕਸ ਵਿੱਚ ਪੀ ਕ੍ਰਾਸ ਪੀ ਦੇ ਟਰਮਸ ਵਿੱਚ ਲਿਖਿਆ ਹੁੰਦਾ ਪਰ ਜੇਕਰ ਤੁਸੀਂ ਕੁਆਂਟਮ ਮੈਕੈਨਿਕਸ ਵਿੱਚ ਜਾਣਦੇ ਹੋ ਤਾਂ ਤੁਸੀਂ ਇੱਕ ਹਰਮਿਟੀਅਨ ਆਪਰੇਟਰ ਲਿਖ ਸਕਦੇ ਹੋ ਵਾਸਤਵ ਵਿੱਚ ਜਦੋਂ ਤੁਸੀਂ ਡੀ ਸਕੁਅਰ ਐਕਸ ਆਈ ਦੁਆਰਾ ਡੀਟੀ ਸਕੁਅਰ ਲੇ ਮੋਸ਼ਨ ਦੇ ਹਾਈਜ਼ਨਬਰਗ ਇਕੁਏਸ਼ਨ ਨੂੰ ਲਿਖਦੇ ਹੋ ਤਾਂ ਤੁਹਾਨੂੰ ਇਹ ਕੰਬੀਨੇਸ਼ਨ v b b v ਉੱਥੇ ਦਿਖਾਈ ਦੇਵੇਗਾ ਠੀਕ ਹੈ ਕਿਰਪਾ ਕਰਕੇ ਇਸ ਦੀ ਜਾਂਚ ਕਰੋ a for us lorentz for us ਲਈ ਕੁਆਂਟਮ ਮਕੈਨੀਕਲ ਫੋਰਸ ਫਾਰਮ ਵਿੱਚ ਹਰਮਿਟੀਅਨ ਆਪਰੇਟਰ ਹੋਣਾ ਚਾਹੀਦਾ ਹੈ ਜੋ ਕਿ lorentz for us ਲਈ dr dt b b dr dt ਦਾ ਕੰਬੀਨੇਸ਼ਨ ਹੈ ਅਤੇ ਅਸੀਂ ਇਹਨੂੰ ਜ਼ੀਰੋ ਸੈੱਟ ਕਰ ਸਕਦੇ ਹਾਂ ਕਿਉਂਕਿ ਅਸੀਂ ਇਲੈਕਟ੍ਰਿਕ ਫੀਲਡ ਨਾਲ ਕੰਮ ਕਰ ਰਹੇ ਹਾਂ ਜੋ ਸਿਫਰਤੀ ਸੈੱਟ ਕੀਤਾ ਗਿਆ ਹੈ ਹੁਣ ਤੱਕ ਮੈਂ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਵੇਂ ਹਾਰਮੋਨਿਕ ਓਸੀਲੇਟਰ ਅਲਜੇਬਰਾ ਦੀ ਵਰਤੋਂ ਕਰਦੇ ਹੋਏ ਲੈਡਰ ਆਪਰੇਟਰਾਂ ਦੀ ਟਰਮਜ਼ ਵਿੱਚ ਇੱਕ ਮੈਗਨੈਟਿਕ ਫੀਲਡ ਵਿੱਚ ਇੱਕ ਪਾਰਟੀਕਲ ਲਈ ਹੈਮਿਲਟੋਨੀਅਨ ਲਿਖਣ ਦੀ ਕੋਸ਼ਿਸ਼ ਕਰਦੇ ਹੋਏ ਅਸੀਂ ਸਪੈਕਟ੍ਰਮ ਪ੍ਰਾਪਤ ਕਰ ਸਕਦੇ ਹਾਂ ਅਤੇ ਮੈਂ ਹਾਈਜ਼ਨਬਰਗ ਦੀਆਂ ਮੋਸ਼ਨ ਦੀਆਂ ਇਕੁਏਸ਼ਨਾਂ ਦੀ ਵਰਤੋਂ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ ਅਤੇ ਤੁਹਾਡੇ ਲਈ ਜਾਣਿਆ ਲੋਰੈਂਡਸ ਫੋਰਸ ਡਰਾਈਵ ਕੀਤਾ ਹੈ ਇਹ ਇਹਨਾ ਲੈਡਰ ਆਪਰੇਟਰਾਂ ਦੇ ਇਹਨਾਂ ਵਿੱਚੋਂ ਕੁਝ ਡੇਟਾ ਨੂੰ ਲੈ ਕੇ ਐਂਗੂਲਰ ਮੋਮੈਂਟਮ ਅਲਜੇਬਰੇ ਉੱਤੇ ਅੱਗੇ ਵਧੇਗਾ ਅਤੇ ਕੀ ਅਸੀਂ ਐਂਗੂਲਰ ਮੋਮੈਂਟਮ ਆਪਰੇਟਰਾਂ ਲਈ ਅਵਸਥਾਵਾਂ ਲੱਭ ਸਕਦੇ ਹਾਂ ਇਸ ਲਈ অরਬਿਟਲ ਐਂਗੂਲਰ ਮੋਮੈਂਟਮ ਅਤੇ ਸਪਿਨ ਐਂਗੂਲਰ ਮੋਮੈਂਟਮ ਨੂੰ ਯਾਦ ਕਰੋ ਜਿਸ ਬਾਰੇ ਅਸੀਂ ਪਿਛਲੇ ਹਫਤੇ ਸਟਰਨ ਗਰਲਾਕ ਪ੍ਰਯੋਗ ਲਈ ਚਰਚਾ ਕੀਤੀ ਸੀ ਇਸ ਲਈ ਇਹ ਲੈ ਕੇ ਸੈਲ ਵਾਈ ਆਈ ਐਚ ਕ੍ਰਾਸ ਐਲ ਜ਼ੈਡ ਹੈ ਅਤੇ ਐਲ ਡਾਟ ਐਲ ਸਾਰੇ ਹਿੱਸਿਆਂ ਦੇ ਨਾਲ ਕਮਿਊਟ ਕਰਦਾ ਹੈ ਅਸੀਂ ਕੰਮ ਕੀਤੇ ਸੰਮੇਲਨਾਂ ਲਈ ਇਸ ਨੂੰ ਐਲ ਜ਼ੈਡ ਦੇ ਰਿਸਪੈਕਟ ਵਿੱਚ ਲੈਂਦੇ ਹਾਂ ਅਤੇ ਅਸੀਂ ਇਸ ਨੂੰ ਐਲ ਜ਼ੈਡ ਦਾ ਇੱਕ ਸਮਕਾਲੀ ਆਈਗਨ ਸਟੇਟ ਹੋਣ ਲਈ ਲਿਖਦੇ ਹਾਂ ਅਤੇ ਐਲ ਡਾਟ ਐਲ ਅਤੇ ਇਹ ਆਈਗਨ ਵੈਲਿਊ ਇਕੁਏਸ਼ਨ ਆਈਗਨ ਵੈਲਿਊ ਦੇ ਨਾਲ ਜੋ ਅਸੀਂ ਇਸ ਹਾਈਡਰੋਜਨ ਐਟਮ ਦੀ ਚਰਚਾ ਕਰਦੇ ਹੋਏ ਵਿਖਿਆਸੀ ਅਤੇ ਸਵਾਲ ਜੋ ਸਾਨੂੰ ਪੁੱਛਣੇ ਚਾਹੀਦੇ ਹਨ ਕਿ ਇਹ ਲੈਕਸੇ ਲਮ ਤੇ ਕਿਵੇਂ ਆਪਰੇਟ ਕਰਦਾ ਹੈ ਸਿਮਿਲਰਲੀ ਐਲਵਾਈਐਲਮ ਤੇ ਕਿਵੇਂ ਅਸੀਂ ਉਹ ਸਵਾਲ ਕੀ ਪ੍ਰਾਪਤ ਕਰਦੇ ਹਾਂ ਜੋ ਤੁਸੀਂ ਜਾਣਨਾ ਚਾਹੁੰਦੇ ਹੋ ਅਸੀਂ অরਬਿਟਲ ਐਂਗੂਲਰ ਮੋਮੈਂਟਮ ਅਤੇ ਸਪਿਨ ਐਂਗੂਲਰ ਮੋਮੈਂਟਮ ਦੇਖੇ ਹਨ ਉਹ ਇੱਕੋ ਅਲਜੇਬਰਾ ਦੀ ਪਾਲਣਾ ਕਰਦੇ ਹਨ ਇਹ ਉਹ ਹੈ ਜਿਸ ਲਈ ਮੈਂ ਤੁਹਾਨੂੰ ਸਟਰੰਗਰ ਲਾਕ ਪ੍ਰਯੋਗ ਤੋਂ ਪ੍ਰੇਰਿਤ ਕਰਨ ਦੀ ਕੋਸ਼ਿਸ਼ ਕੀਤੀ ਹੈ ਇਸ ਸਪਿਨ ਆਪਰੇਟਰ ਦੇ ਅਲਜੇਬਰੇ ਨੂੰ ਬਿਲਕੁਲ ਉਸੇ ਤਰ੍ਹਾਂ ਦਾ ਵਿਵਹਾਰ ਕਰਦਾ ਹੈ ਜੋ ਸਾਡੇ ਕੋਲ ਹੈ ਪਲਸ ਉਹ ਦੋ ਵੱਖ-ਵੱਖ ਸਪੈਸਾਂ ਵਿੱਚ ਹਨ ਉਹਨਾਂ ਨੂੰ ਜ਼ੀਰੋ ਹੋਣਾ ਚਾਹੀਦਾ ਹੈ ਅਤੇ ਸਾਡੇ ਕੋਲ ਇੱਕ ਕੰਡੀਸ਼ਨ ਹੈ ਜੋ ਕਿ ਐਲ ਵਰਗ ਅਤੇ ਐਲ ਜ਼ੈਡ ਦਾ ਸਮਕਾਲੀ ਆਈਗਨ ਸਟੇਟ ਹੈ ਅਸੀਂ ਜੋ ਵੀ ਕਿਤਾਬਾਂ ਵਿੱਚੋਂ ਕਰ ਰਹੇ ਹਾਂ ਉਸ ਦਾ ਸਰਵਵਿਆਪਕ ਤੌਰ ਤੇ ਪਾਲਣਾ ਕਰਨ ਲਈ ਸੁਵਿਧਾ ਲਈ ਆਈਨੂ ਜ਼ੈਡ ਕੰਪੋਨੈਂਟ ਹੋਣ ਦੀ ਜਾਂਚ ਕਰ ਰਹੇ ਹਾਂ ਅਤੇ ਇਸੇ ਤਰ੍ਹਾਂ ਤੁਸੀਂ ਇਸ ਨੂੰ ਇਸ ਵਰਗ ਦਾ ਸਮਕਾਲੀ ਆਈਗਨ ਸਟੇਟ ਬਣਾ ਸਕਦੇ ਹੋ ਗੱਲ ਕਰਨ ਦੀ ਕੋਸ਼ਿਸ਼ ਕਰਨ ਦੀ ਬਜਾਏ ਕਿ ਕੀ ਅਸੀਂ ਆਰਬਿਟਲ ਐਂਗੂਲਰ ਮੋਮੈਂਟਮ ਜਾਂ ਸਪਿਨ ਐਂਗੂਲਰ ਮੋਮੈਂਟਮ ਬਾਰੇ ਗੱਲ ਕਰ ਰਹੇ ਹਾਂ ਅਸੀਂ ਇੱਕ ਚਿੰਜੇ ਦੁਆਰਾ ਐਂਗੂਲਰ ਮੋਮੈਂਟਮ ਨੂੰ ਸੰਕੁਚਿਤ ਰੂਪ ਵਿੱਚ ਲਿਖਾਂਗੇ ਜੋ ਉਸੇ ਗੁਣ ਨੂੰ ਸੰਤੁਸ਼ਟ ਕਰੇਗਾ ਅਸੀਂ ਜੇ ਵਰਗ ਅਤੇ ਜੇ ਜ਼ੈਡ ਦੇ ਇਜਨ ਸਟੇਟਸ ਨੂੰ ਸਮਕਾਲੀ ਇਜਨ ਸਟੇਟਸ ਲਿਖਾਂਗੇ ਇਸ ਲਈ ਅਸੀਂ ਇਹ ਸਭ ਲੈਡਰ ਸੰਚਾਲਕਾਂ ਨੇ ਕੀਤਾ ਹੈ ਲੈਡਰ ਸੰਚਾਲਕ ਹਰਮਿਟੀਅਨ ਆਪਰੇਟਰ ਨਹੀਂ ਹਨ ਤੁਸੀਂ ਉਨ੍ਹਾਂ ਨੂੰ ਪ੍ਰਯੋਗਾਤਮਕ ਤੌਰ ਤੇ ਨਹੀਂ ਦੇਖ ਸਕਦੇ ਕਿ ਇਹ ਡੇਗਰ ਦੇ ਬਰਾਬਰ ਨਹੀਂ ਹੈ ਇਸ ਲਈ ਤੁਸੀਂ ਦੋ ਲੈਡਰ ਆਪਰੇਟਰ ਹੋ ਉਹ ਹਰਮਿਸ਼ੀਅਨ ਨਹੀਂ ਹਨ ਇਸੇ ਤਰ੍ਹਾਂ ਅਸੀਂ ਇਹਨਾਂ ਐਂਗੂਲਰ ਮੋਮੈਂਟਮ ਜੈਕਸ ਜੇ ਵਾਈ ਅਤੇ ਜੇ ਜ਼ੈਡ ਦੀ ਵਰਤੋਂ ਕਰਕੇ ਇੱਥੇ ਇੱਕ ਲੈਡਰ ਆਪਰੇਟਰ ਕਰਨਾ ਚਾਹੁੰਦੇ ਹਾਂ ਇਸ ਲਈ ਇਹਨਾਂ हार्मोनिक ऑसिलेटर लैडर ऑपरेटरਾਂ ਤੋਂ ਪ੍ਰੇਰਿਤ ਆਓ ਅਸੀਂ ਜੇ ਪਲਸ ਨੂੰ ਜੇ ਇੱਕ ਪਲਸ ਆਈ ਜੇ ਦੋ ਲਿਖਦੇ ਹਾਂ ਮੈਂ ਇੱਕ ਦੋ ਅਤੇ ਤਿੰਨ ਨੂੰ ਇੱਕ ਸਵਾਈ ਅਤੇ ਜ਼ੈਡ ਅਤੇ ਜੇ ਮਾਈਨਸ ਐਸ ਜੇ ਇੱਕ ਮਾਈਨਸ ਆਈ ਜੇ ਦੋ ਵੱਜੋ ਵਰਤ ਰਿਹਾ ਹਾਂ ਇਹ ਐਂਗੂਲਰ ਮੋਮੈਂਟਮ ਆਪਰੇਟਰ ਦੇ ਸਮਾਨ ਹੈ जिसनु मैं जे पलस अते जे माइनस लिख रहा हाँ उसे तरह दिखाई दे रहा है जिस तरह असी ओसिलेटर लेटर विच गैर हरमीटियन ऑपरेटर लिखा है अगली गल की है मेरे कोल ए जे एक्स जे वाई आई एच क्रास जे जैड होना सी। मैं जे प्लस के कम्यूटेटर नू जे माइनस नाल जे प्लस जे जैड नाइनस जे जैड जे नाल, जे 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 नाल लिखना चाहागा ਤਾ ਜੋ ਮੈਂ आले ਦੁਆਲੇ ਖੇਡਣ ਦੀ ਕੋਸ਼ਿਸ਼ ਕਰ ਸਕਾਂ ਅਤੇ ਇਹ ਪਤਾ ਲਗਾ ਸਕਾਂ ਕਿ ਇਸ ਪ੍ਰੋਬਲਮ ਬਾਰੇ ਕਿਵੇਂ ਜਾਣਾ ਹੈ ਇਹਨਾਂ ਲੈਡਰ ਆਪਰੇਟਰਾਂ ਦੀ ਵਰਤੋਂ ਕਰਕੇ ਅਲਜੇਬਰਾ ਨੂੰ ਲਿਖੋ ਜੋ ਜੇ ਤੇ ਨਾਲ ਜੇ ਪਲਸ ਜਾਂ ਮਾਈਨਸ ਹੈ a ਕੀ ਹੋਵੇਗਾ ਕਿ ਤੁਸੀਂ ਇਸ ਨੂੰ ਬਾਹਰ ਕੱਢ ਸਕਦੇ ਹੋ ए सही नेगेटिव चिन्ह की है ए जवाब की निकल रहा है ए दो बार एच जे तीन है अते जे तीन जे प्लस करो शानदार इसलिए प्लस एच क्रास जे प्लस माइनस एच क्रास है इसलिए जे एक्स जे वाई जे जेड का जे उही अलजबरा जो असी लिखया है मैं जे प्लस माइनस नाल दोबारा लिखण की कोशिश कर रहा हाँ कि यह की है जो तो ए डेगर वर्गा है कुछ गलत माइनस ठीक है दोनों माइनस हैं। माफ करो तीजा दूजा माइनस है मैं इसनों ठीक करांगी कृपा करके कोशिश करो इसलिए जे तीन दे प्लस जे जैड माइनस एच क्रास जे प्लस है अते जे जे माइनस प्लस एच क्रास जे माइनस अते जे माइनस दे नाल जे प्लस दो वार एच क्रास जे जैड है हूँ आओ अ हारमोनिक ओसीलेटर तुलना करिए जिमें कि कहा गया है कि स्थिति दे जे। जेड स्टेट दी है तजुर्बा है ना इसलिए तो ते नंबर ऑपरेटर दे समान है बिल्कुल नहीं ए इस तरह है जिमें जी जेड ऑपरेटर नंबर ऑपरेटर वांग है ਜੀ ਮੈਂ ਆਪਣੀ ਸਥਿਤੀ ਨੂੰ ਜੀ ਜ਼ੈਡ ਆਪਰੇਟਰ ਨਾਲ ਜੀ ਐਮ ਲਿਖਦਾ ਹਾਂ ਤਾਂ ਇਹ ਤੁਹਾਨੂੰ ਐਮ ਐਚ ਕ੍ਰਾਸ ਜੀ ਐਮ ਦਿੰਦਾ ਹੈ ਸਾਡੇ ਕੋਲ ਇੱਕ ਹੋਰ ਹੈ ਕਿਉਂਕਿ ਅਸੀਂ ਜਾਣਦੇ ਹਾਂ ਕਿ ਜੇ ਡਾਟ ਜੇ ਇਹ ਜੇ ਡਾਟ ਜੇ ਦਾ ਇੱਕ ਕਾਇਗਨ ਸਟੇਟ ਹੈ ਇਸ ਲਈ ਮੈਂ ਇਹ ਵਾਦੂ ਇੰਡੈਕਸ ਰੱਖਦਾ ਹਾਂ ਨਹੀਂ ਤਾਂ ਮੈਂ ਸਿਰਫ ਐਮ ਨਾਲ ਕੰਮ ਕਰ ਸਕਦਾ ਹਾਂ ਐਂਗੂਲਰ ਮੋ멘ਟਮ ਅਲਜਬਰੇ ਲਈ ਅਦਿਕਤਮ ਅਨੁਕੂਲ ਸੈਟ जे डट जे अते जे जेड दा समकाली आइगन स्टेट है इसलिए मेरे कोल दो पूरन अंक खान इसलिए जे जेड हार्मोनिक ऑसिलेटर विच तोहाडे नंबर ऑपरेटर वांग है ए आइगन स्टेट एम मैच क्रਾਸ दे नाल एक आइगन वैल्यू है फिर ई सानू की दस्ता है जे पल्स जे माइनस तोहाडे स्क्वेयर हन उना विच एक ए होवेगा अते दूजा शायद एक डेगर जा ਦੂਜੇ ਤਰੀਕੇ ਨਾਲ ਠੀਕ ਹੈ ਇਸ ਲਈ ਇਹ ਅਲਜੇਬਰਾ ਅਸਲ ਵਿੱਚ ਤੁਹਾਨੂੰ ਦੱਸੇਗਾ ਕਿ ਜੀਐਮ ਉੱਤੇ ਜੇ ਪਲਸ ਦਾ ਕੀ ਹੁੰਦਾ ਹੈ ਜੇਕਰ ਤੁਹਾਨੂੰ ਯਾਦ ਹੈ ਕਿ ਜਦੋਂ ਅਸੀਂ ਓਸੀਲੇਟਰ ਕੀਤਾ ਸੀ ਤਾਂ ਅਸੀਂ ਇਹ ਕਹਿਣ ਦੀ ਕੋਸ਼ਿਸ਼ ਕੀਤੀ ਸੀ ਕਿ ONN ਅਸੀਂ ONN ਨੂੰ ਕਿਵੇਂ ਬਹਿਸ ਕੀਤੀ ONN ਗਿਆ ਮੈਨੂੰ ਨਹੀਂ ਪਤਾ ਕਿ AM -1 ਹੈ ਜਾਂ ਜ਼ਿਆਦਾ AM +1 ਇਸ ਲਈ ਮੈਂ ਸੋਚਦਾ ਹਾਂ ਕਿ ਇਹ ਇੱਕ ਲੈਡਰ ਸਕੁਅਰ ਹੈ ਅਤੇ ਇਹ ਇਸ ਨੂੰ ਇਸ ਤਰ੍ਹਾਂ ਦੁਬਾਰਾ ਲਿਖੋ ਫਿਰ ਇਹ ਪਲਸ ਚਿੰਨ ਬਣ ਜਾਵੇਗਾ ਜੋ ਇਹ ਮਾਈਨਸ ਦਾ ਚਿੰਨ ਬਣ ਜਾਵੇਗਾ ਫਿਰ ਉਹ ਲੈਡਰ ਸਕੁਅਰ ਹੋਵੇਗਾ ਅਤੇ ਇਹ ਤੁਹਾਨੂੰ ਸੋਚਣ ਅਤੇ ਇਸ ਨੂੰ ਕਰਨ ਲਈ ਵੀ ਹੈ ਇਸ ਲਈ ਇਸ ਅਲਜੇਬਰੇ ਦੀ ਵਰਤੋਂ ਕਰੋ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰੋ ਕਿ ਇਹ ਇੱਕ ਲੈਡਰ ਆਪਰੇਟਰ ਵਾਂਗ ਹੈ ਇਹ ਇੱਕ ਕਾਇਗਨ ਸਟੇਟ ਨਹੀਂ ਹੈ ਪਰ ਇਹ ਇੱਕ ਕਾਇਗਨ ਸਟੇਟ ਦਾ ਅਧਿਕਾਰ ਹੋਵੇਗਾ ए आइगन वैल्यू एम प्लस इ कैच क्रਾਸ ਦੇ ਨਾਲ ਜੀ ਜ਼ੈਡ ਦਾ ਇੱਕ आइगन ਸਟੇਟ ਹੋਵੇਗਾ ਇਸ ਲਈ ਅਸੀਂ ਇਸ ਅਲਜੇਬਰੇ ਦੀ ਵਰਤੋਂ ਕਰਦੇ ਹੋਏ ਰਾਜ ਲਿਖਿਆ ਹੈ ਇਸੇ ਤਰ੍ਹਾਂ ਅਗਲਾ ਇਹ ਪਤਾ ਲਗਾਉਣ ਲਈ ਕਿ ਤੁਸੀਂ ਹੁਣ ਅਲਜੇਬਰੇ ਦੀ ਪਾਵਰ ਨੂੰ ਦੇਖੋਗੇ ਅਸੀਂ ਕਿਵੇਂ ਅਲਜੇਬਰੇ ਦੀ ਪਾਵਰ ਦਾ ਪ੍ਰਯੋਗ ਕਰ ਰਹੇ ਹਾਂ ਕੀ ਬਚਿਆ ਹੈ ਤੁਹਾਨੂੰ ਇਹਨਾਂ ਕੋਐਫੀਸ਼ੀਐਂਟ ਨੂੰ ਨਿਰਧਾਰਿਤ ਕਰਨਾ ਪਏਗਾ ਤਾਂ ਜੋ ਇਹ ਹਾਈਡਰੋਜਨ ਐਟਮ ਡੇਟਾ ਤੋਂ है पर असी इस हूँ सुतंत्र तौते करा दिखावे कि यह सब किए पाबंदियां इसलिए वह चीजा आनगियां और चीजा इतने दिखाई नहीं दिदिया मैं बस कह रहा हाँ कि ए इस तरह है जे ए बिल्कुल हारमोनिक ओसीलेटर है तो होर कुछ नहीं करना चाहिए जिमें कि वह इस वल इशारा कर रहा है इतने कोई जानकारी नहीं है कि एम माइनस जे तो पलस जे तक जाता है और तुसी रेजिंग ऑपरेटर इनफिनिटी ते नहीं लै सकते जिमें हारमोनिक ओसीलेटर किया ਸਾਨੂੰ ਉਹਨਾਂ ਚੀਜ਼ਾਂ ਨੂੰ ਠੀਕ ਕਰਨ ਦੀ ਜ਼ਰੂਰਤ ਹੈ ਜੋ ਇਸ ਨੂੰ ਠੀਕ ਕਰਨ ਲਈ ਆ ਜਾਵੇਗਾ ਮੈਂ ਸਿਰਫ ਇਹ ਕਹਿ ਰਿਹਾ ਹਾਂ ਕਿ ਤੁਸੀਂ ਕਰ ਸਕਦੇ ਹੋ ਜੇਕਰ ਜੀ ਐਮ ਇੱਕ ਆਇਗਨਸਟੇਟ ਹੈ ਜੋ ਜੀ ਸਕੁਅਰ ਅਤੇ ਜੀ ਜ਼ੈਡ ਦੇ ਸਮਕਾਲੀ ਨਾਇਗਨਸਟੇਟ ਦੀ ਵਰਤੋਂ ਕਰਨ ਲਈ ਦਿੱਤਾ ਗਿਆ ਹੈ ਮੈਂ ਅਸਲ ਵਿੱਚ ਇਹ ਰੁਝਾਨ ਪ੍ਰਾਪਤ ਕਰ ਸਕਦਾ ਹਾਂ ਕਿ ਇਸ ਅਲਜੇਬਰਾ ਤੋਂ ਜੀ ਪਲਸ ਅਤੇ ਜੀ ਮਾਈਨਸ ਐਸ ਉੱਤੇ ਕਿਵੇਂ ਕੰਮ ਕਰਦਾ ਹੈ ਮੈਂ ਇਹੀ ਕਿਹਾ ਹੈ ਪਰ ਅਨੁਪਾਦ ਦੇ ਇਸ ਕੋਐਫੀਸ਼ੀਐਂਟ ਨੂੰ ਨਿਸ਼ਚਿਤ ਕੀਤਾ ਜਾਣਾ ਚਾਹੀਦਾ ਹੈ ਅਤੇ ਇਹ ਮੁੱਦੇ ਵੀ ਕਿ ਐਮ ਨੂੰ ਮਾਈਨਸ ਜੇ ਤੋਂ ਪਲੱਸ ਜੇ ਤੱਕ ਜਾਣਾ ਚਾਹੀਦਾ ਹੈ ਜੇ ਵੀ ਪੂਰਨ ਅੰਕ ਜਾਂ ਹਾਫ ਆਡ ਪੂਰਨ ਅੰਕ ਹੋ ਸਕਦੇ ਹਨ ਇਹ ਸਾਰੀਆਂ ਚੀਜ਼ਾਂ ਇਸ ਵੇਲੇ ਕਨਸਟੈਂਟ ਨਹੀਂ ਹਨ ਮੈਂ ਸਿਰਫ ਹਾਈਡਰੋਜਨ ਐਟਮ ਡਾਟਾ ਦੀ ਵਰਤੋਂ ਕਰ ਰਿਹਾ ਹਾਂ ਅਤੇ ਸਿਰਫ ਇਹ ਕਰ ਰਿਹਾ ਹਾਂ ਪਰ ਅਸੀਂ ਹੁਣ ਇਹਨਾਂ ਸਾਰੀਆਂ ਜਾਣਕਾਰੀਆਂ ਦਾ ਪਤਾ ਲਗਾਉਣ ਲਈ ਸਪਸ਼ਟ ਤੌਰ ਤੇ ਕਰਾਂਗੇ ਮੈਨੂੰ ਇਹ ਪਤਾ ਲਗਾਉਣ ਦੀ ਲੋੜ ਹੈ ਕਿ ਜੇ ਐਟਿ ਐਮ ਐਮ ਜੇ ਜੇ 1 ਜੇ ਤੱਕ ਜਾਂਦਾ ਹੈ ਇਹ ਪਤਾ ਲਗਾਉਣਾ ਹੋਵੇਗਾ ਤੁਹਾਨੂੰ ਇਹ ਵੀ ਪਤਾ ਲਗਾਉਣਾ ਹੋਵੇਗਾ ਕਿ ਕੀ ਜੇ 0 1/2 1 3/2 ਹੋ ਸਕਦਾ ਹੈ ਤੁਸੀਂ ਜਾਣਦੇ ਹੋ ਕਿ ਇਹ ਸੰਭਾਵਨਾਵਾਂ ਹੋਣੀਆਂ ਚਾਹੀਦੀਆਂ ਹਨ ਹਾਈਡਰੋਜਨ ਐਟਮ ਵਿੱਚ ਆਰਬਿਟਲ ਐਂਗੂਲਰ ਮੋਮੈਂਟਮ ਵਿੱਚ ਇਹ ਸਿਰਫ ਪੂਰਨ ਅੰਕਸਾਨ ਹੁਣ ਅਸੀਂ ਕੁਦਰਤੀ ਤੌਰ ਤੇ ਇਹ ਦੇਖਣਾ ਹੈ ਕਿ ਅਸੀਂ ਹਾਫ ਟਾਂਕ ਪੂਰਨ ਅੰਕ ਪ੍ਰਾਪਤ ਕਰ ਸਕਦੇ ਹਾਂ ਇਹ ਵੀ ਪਤਾ ਲਗਾਉਣਾ ਹੈ ਮੈਨੂੰ ਇਹ ਵੀ ਪਤਾ ਲਗਾਉਣ ਦੀ ਵੀ ਲੋੜ ਹੈ ਕਿ ਜੀਐਮ ਤੇ ਡੀਐਮ ਵੱਜੋ ਜੀਐਮ ਤੇ ਇਹ ਕੀ ਹੈ ਡੀਐਮ ਜੇ ਮਾਈਨਸ ਜੀਐਮ ਤੇ ਜੇ ਮਾਫ ਕਰਨਾ ਇਹ ਐਮ ਪਲੱਸ 1 ਐਮ ਮਾਈਨਸ 1 ਹੈ ਮੈਨੂੰ ਇਹ ਵੀ ਪਤਾ ਲਗਾਉਣ ਦੀ ਜ਼ਰੂਰਤ ਹੈ ਕਿ ਇਹਨਾਂ ਵਿੱਚੋਂ ਕੁਝ ਚੀਜ਼ਾਂ ਨੂੰ ਹੁਣ ਤੱਕ ਕਿੱਥੇ ਫਿਕਸ ਨਹੀਂ ਕੀਤਾ ਗਿਆ ਹੈ ਤਾਂ ਸਾਨੂੰ ਇਸ ਨੂੰ ਠੀਕ ਕਰਨ ਦੀ ਲੋੜ ਹੈ ਕਿ ਇਹ ਪ੍ਰੋਬਲਮ ਸਪਸ਼ਟ ਹੈ ਅਸੀਂ ਇਹ ਕਿਵੇਂ ਕਰਦੇ ਹਾਂ ਇਸ ਲਈ ਇੱਕ ਹੋਰ ਵਧੀਆ ਤਰੀਕ ਹੈ ਜੋ ਅਸੀਂ ਕਰਨ ਜਾ ਰਹੇ ਹਾਂ ਇਹ ਸ਼ਵਿੰਗਰ ਮੈਥਡ ਕੀ ਹੈ इसलिए ये वो चीजा हैं जो मैं कही इस नैगेटिव चिन्ह के जो इतने है होर सारियां चीजा ठीक हैं असी समकाली आइगन अस्टेटस जी एम लिख सकते हाँ जो कि जे सकोयर जे तीन का एक आइगन अस्टेट है दिखावे कि जे प्लस एक उबारन ऑपरेटर है जे माइनस एक लोअरिंग ऑपरेटर है असी इस अलजैबरे तो देख सकते हाँ जो मैं तहूँ तो की दसन की कोशिश कर रहा है उपरोक्त अलजैबरे वर्तों करके सिर्फ अनुपातक कॉन्सटेंटता का पता लगाना है सिर्फ इन्ना ही नहीं जिमें कि उसने पहला ही दसिया है कि सानू यह पता लगा की जरूरत है कि एम माइनस तो पलस तक मुल लू तो भी पता लगाना होगा कि जे पूर्ण अंक हो सकता है हाफ अजीब पूर्ण अंक हो सकता है ये सारिया संभावनावान क्योंकि जेकर तुम सट्रनगर लाक जिनू गुआ देंदे हो तो असल में हाफ है जे ती ऑर्बिटल एंगूलर मोमेंटम करते हो जे असल पूरन अंक है इसलिए सारिया संभावनावान जिन्हों की इजाजत है दा पता दता ज़रूरत है असी अजे भी यह ठीक नहीं किया है इसलिए असी इस शविंगर ओसीलेटर विधि की वरतों करते हाँ थीम की है थीम दो इंडिपेंडेंट ओसीलेटर अल्जैब्रा की वरतों करते हुए एंगूलर मोमेंटम अल्जैब्रा तैयार करना है सिस्टम लो सुतंत्र ओसीलेटर ए डेगर नाल दूजा अते भी बी डेगर नाल इस बी न उस नाल उलझाओ ना जो मैं पाई प्लस नाल लिखा है इस इसलिए ए सिर्फ एक दो इंडिपेंडेंट आसीलेटर जेकर तुसी तुसी चाहो चाहोता डेगर ए ए दो डेगर दो कह सकते हो पर तुसी दो इंडिपेंडेंट आसीलेट्र वजो कर सकते हो इसलिए असी पता लिखण जा रहे हाँ इस प्रतिनिधता कहा जाता है तुसी हेठा दिते अनुसार एंगुलर मोमेंटम लैडर ऑपरेटर्स जे प्लस जे माइनस अते जे जेड ਜਾਂ ਜੈ ਜ਼ੈਡ ਨੂੰ ਪ੍ਰਸਤੁਤ ਕਰ ਸਕਦੇ ਹੋ ਆਓ ਅਸੀਂ ਦੋ ਲੈਡਰ ਆਪਰੇਟਰਾਂ ਨੂੰ ਲੈਂਦੇ ਹਾਂ ਜਿਨ੍ਹਾਂ ਵਿੱਚ ਇੱਕ ਨੂੰ ਉੱਚਾ ਅਤੇ ਦੂਜਾ ਹੇਠਾਂ ਕਰਦਾ ਹੈ ਇੰਡੀਪੈਂਡੈਂਟ ਦੁਆਰਾ ਮੇਰਾ ਮਤਲਬ ਹੈ ਕਿ a ਅਤੇ b ਦੇ ਵਿਚਕਾਰ ਕਮਿਊਟੇਟਰ ਹਮੇਸ਼ਾ ਜ਼ੀਰੋ ਹੁੰਦਾ ਹੈ ਇਹ ਅਤੇ ਇੱਕ ਡੈਗਰ ਹਾਰਮੋਨਿਕ ਔਸੀਲੇਟਰ ਅਲਜੇਬਰਾ ਹੁੰਦਾ ਹੈ ਅਸੀਂ b ਡੈਗਰ ਨਾਲ ਹਾਰਮੋਨਿਕ ਔਸੀਲੇਟਰ ਅਲਜੇਬਰਾ ਹੁੰਦਾ ਹੈ a ਅਤੇ b ਜਾਂ a ਅਤੇ b ਡੈਗਰ ਜਾਂ ਇੱਕ ਡੈਗਰ ਅਤੇ b ਇੱਕ ਡੈਗਰ ਦੇ ਨਾਲ ਵੀ ਡੈਗਰ ਦੇ ਵਿਚਕਾਰ ਉਹ ਸਾਰੇ ਸਫਰ ਹਨ ਮੇਰਾ ਮਤਲਬ ਇਹ ਹੈ ਕਿ ਬਾਕੀ ਕਮਿਊਟੇਟਰ ਸਫਰ ਹਨ ਉਹ ਇੱਕ ਦੂਜੇ ਨਾਲ ਗੱਲ ਨਹੀਂ ਕਰਦੇ ਉਹ ਇੰਡੀਪੈਂਡੈਂਟ ਹਨ ਦੋ ਇੰਡੀਪੈਂਡੈਂਟ ਹਾਰਮੋਨਿਕ ਓਸੀਲੇਟਰ ਦੀ ਵਰਤੋਂ ਕਰਦੇ ਹੋਏ ਅਸੀਂ ਦੋ ਲੈਡਰ ਆਪਰੇਟਰ ਦਾ ਪ੍ਰੋਡਕਟ ਲਿਖ ਸਕਦੇ ਹਾਂ ਜੇਕਰ ਤੁਸੀਂ ਇੱਥੇ ਨੋਟ ਕਰੋ ਇੱਕ ਲੈਡਰ ਆਪਰੇਟਰ ਦੂਜੇ ਨੂੰ ਉੱਚਾ ਚੁੱਕਣ ਵਰਗਾ ਹੈ ਦੂਜੇ ਨੂੰ ਹੇਠਾਂ ਕਰਨ ਵਰਗਾ ਹੈ ਇਹ ਸਿਰਫ ਕੰਬੀਨੇਸ਼ਨ ਹੈ ਜੋ ਅਸੀਂ ਲੈਂਦੇ ਹਾਂ ਜੇ ਮਾਈਨਸ ਇਸ ਦਾ ਹਰਮਿਸ਼ੀਅਨ ਕਨਜੂਗੇਟ ਤੁਸੀਂ ਇਸ ਤੋਂ ਡੈਗਰ ਬਾਹਰ ਲੈ ਸਕਦੇ ਹੋ ਅਤੇ ਤੁਹਾਨੂੰ ਜੇ ਮਾਈਨਸ ਪ੍ਰਾਪਤ ਹੋਵੇਗਾ ਆਰਡਰ ਅਸਲ ਵਿੱਚ ਮਾਇਨੇ ਨਹੀਂ ਰੱਖਦਾ ਕਿਉਂਕਿ ਮੈਂ ਪਹਿਲਾਂ ਵੀ ਅਤੇ ਅੱਗੇ ਜਾਂ ਇਹ ਅਤੇ ਵੀ ਰੱਖਦਾ ਹਾਂ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਉਹ ਆਉਣ ਜਾਣ ਕਰਦੇ ਹਨ ਮੈਂ ਇਸ ਨਾਲ ਕੰਮ ਕਰ ਸਕਦਾ ਹਾਂ ਇਸ ਲਈ ਹੁਣ ਇਹ ਪਤਾ ਕਰਨ ਲਈ ਕਿ ਇੱਥੇ ਜੇ ਤਿੰਨ ਕਹਿਣਾ ਦੋ ਦਾ ਸਬਸਟੀਟਿਊਟ ਹੈ ਅਤੇ ਇਹ ਨਿਰਤਾਰਿਤ ਕਰਨ ਲਈ ਕਿ ਜੇ ਤਿੰਨ ਲੇਕੀ ਹੈ ਮੈਂ ਇਹ ਕਰਨ ਲਈ ਤੁਹਾਡੇ ਤੇ ਛੱਡਾਂਗਾ ਕਿਰਪਾ ਕਰਕੇ ਇਸ ਨੂੰ ਅਜ਼ਮਾਓ ਜੇ ਤਿੰਨ ਨੂੰ ਚਾਰ ਲੈਡਰ ਆਪਰੇਟਰ ਨੂੰ ਸ਼ਾਮਲ ਕਰਨ ਦਾ ਫੰਕਸ਼ਨ ਹੋਣਾ ਚਾਹੀਦਾ ਹੈ ਕਿਰਪਾ ਕਰਕੇ ਇਸ ਨੂੰ ਅਜ਼ਮਾਓ ਅਤੇ ਦਿਲਚਸਪ ਗੱਲ ਇਹ ਹੈ ਕਿ ਜੇਕਰ ਤੁਸੀਂ ਇਸਤੇ ਕੰਮ ਕਰਦੇ ਹੋ ਤਾਂ ਤੁਸੀਂ ਦੇਖੋਗੇ ਕਿ ਤੁਸੀਂ ਇਸ ਨੂੰ ਨੰਬਰ ਆਪਰੇਟਰਸ ਵਿਚਕਾਰ ਅੰਤਰ ਸਮਝੋਗੇ ਕਿਰਪਾ ਕਰਕੇ ਇਸ ਨੂੰ ਠੀਕ ਕਰੋ ਇਸੇ ਤਰ੍ਹਾਂ ਕੰਮ ਕਰੋ ਕਿ ਜੇ ਡਾਟ ਜੇ ਕੀ ਹੈ ਐਨੇ ਲੈਡਰ ਆਪਰੇਟਰ ਏ ਅਤੇ ਇੱਕ ਡੈਗਰ ਦੇ ਨਾਲ ਹਾਰਮੋਨਿਕ ਓਸੀਲੇਟਰ ਲਈ ਨੰਬਰ ਆਪਰੇਟਰ ਹੈ ਇਸ ਲਈ ਐਨੇ ਕੁਝ ਨਹੀਂ ਹੈ ਪਰ ਇਹ ਇੱਕ ਡੈਗਰ ਏ ਹੈ ਐਨ ਬੀ ਲੈਡਰ ਆਪਰੇਟਰ ਬੀ ਅਤੇ ਬੀ ਡੈਗਰ ਦੇ ਨਾਲ ਹਾਰਮੋਨਿਕ ਓਸੀਲੇਟਰ ਹੈ ਮੈਨੂੰ ਦੋ ਆਸਿਲੇਟਰਸ ਦੀ ਫ੍ਰੀਕਵੈਂਸੀ ਬਾਰੇ ਕੋਈ ਚਿੰਤਾ ਨਹੀਂ ਹੈ ਮੇਰੇ ਲਈ ਮੈਂ ਦੋ ਹਾਰਮੋਨਿਕ ਓਸੀਲੇਟਰ ਲੈਡਰ ਆਪਰੇਟਰ ਦੇ ਟਰਮਸ ਵਿੱਚ ਐਂਗੂਲਰ ਮੋਮੈਂਟਮ ਅਲਜੈਬਰੇ ਨੂੰ ਬਣਾਉਣ ਵਿੱਚ ਵਧੇਰੇ ਦਿਲਚਸਪੀ ਰੱਖਦਾ ਹਾਂ ਇਸ ਲਈ ਕਿਰਪਾ ਕਰਕੇ ਜੇ ਡਾਟ ਜੇ ਨੂੰ ਸੁਲਝਾਓ ਅਤੇ ਮੈਨੂੰ ਦੱਸੋ ਕਿ ਤੁਸੀਂ ਕੀ ਪ੍ਰਾਪਤ ਕਰਦੇ ਹੋ ਚੈੱਕ ਕਰੋ ਕਿ ਕੀ ਇਹ ਤੁਹਾਨੂੰ ਸਮਝ ਆ ਗਿਆ ਮੈਨੂੰ ਅਜੇ ਇੱਥੇ ਰੁਕਣ ਦਿਓ